ਰਿਵਾੜ ਦੀ ਅੱਠਵੀਂ ਘਟਨਾ ਜੀ। ਅੱਠ ਘਟਨਾ ਦੇ ਵਿੱਚੋਂ ਪਿਛਲੇ 6-7 ਮਹੀਨਾ ਚੋਰੀਆਂ ਹੋ ਰਹੀਆਂ ਰੈਗੂਲਰ, ਅਤੇ ਅਜੇ ਤੱਕ ਕਿਸੇ ਚੋਰੀ ਦਾ ਕੋਈ ਸੁਰਾਗ ਨਹੀਂ ਮਿਲਿਆ ਪ੍ਰਸ਼ਾਸਨ ਦਾ। ਅਤੇ ਮੈਂ ਤਾਂ ਇਹ ਕਹਿੰਦਾ ਕਿ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਠੀਕ ਨਹੀਂ ਲੱਗ ਰਹੀ ਜੀ, ਅਤੇ ਪੁਲਿਸ ਇਸ ਵਾਰ ਨਾ ਕੋਈ ਧਿਆਨ ਦੇ ਰਹੀ ਹੈ। ਅਸੀਂ ਪਹਿਲਾਂ ਵੀ ਕੰਪਲੇਂਟ ਦਿੱਤੀ ਹੈ, ਸਾਡੇ ਏਰੀਏ ਦੇ ਵਿੱਚ ਕੀ ਹੈ ਕਿ ਚੋਰੀਆਂ ਦਾ, ਨਸ਼ੇ ਦਾ, ਲੜਾਈ ਝਗੜੇ ਦਾ ਆਮ ਵਾਰਦਾਤਾਂ ਹੋਈਆਂ ਪਈਆਂ, ਪਰ ਪੁਲਿਸ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ। ਅਤੇ ਅਗਰ ਪੁਲਿਸ ਨਹੀਂ ਧਿਆਨ ਦੇਗੀ, ਅਸੀਂ ਅੱਗੇ SSP ਸਾਹਿਬ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਇਹਦੇ ਜੋ ਵੀ ਜੀ ਦਾ ਨੁਕਸਾਨ ਹੁੰਦਾ ਉਹਨੂੰ ਪਤਾ ਜੀ, ਅਗਰ ਮਹਿੰਗਾਈ ਦਾ ਟਾਈਮ ਹੈ, ਉਹਨੇ ਗਰੀਬ ਪਰਿਵਾਰ ਹੈ ਜੀ, ਵਿਡੋ ਲੇਡੀਜ਼ ਹੈ। ਇਸ ਤੋਂ ਪਹਿਲਾਂ ਸਾਡੇ ਬਲਜਿੰਦਰ ਸਿੰਘ ਫਾਈਨੈਂਸਰ ਉਹਦੇ ਘਰੇ ਚੋਰੀ ਹੋਈ ਸੀ, ਉਸ ਤੋਂ ਬਾਅਦ ਇੱਕ ਚੋਰੀ ਹੋਰ ਹੋ ਗਈ, ਉਸ ਤੋਂ ਬਾਅਦ ਤੀਜੀ ਚੋਰੀ ਹੋ ਗਈ, 2 ਮਹੀਨਿਆਂ ਦੇ ਵਿੱਚ 7-8 ਚੋਰੀਆਂ ਹੋ ਚੁੱਕੀਆਂ ਜੀ। ਅਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ, ਪਲੀਜ਼ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅਤੇ ਚੋਰਾਂ ਖਿਲਾਫ਼ ਸਖ਼ਤ ਕਾਰਵਾਈ। ਉਹ ਮੇਰੇ ਵਹਿਣਗੇ ਘਰੇ, ਮੈਂ ਲੋਕਾਂ ਦੇ ਘਰੇ ਵਾਂਡਾ ਮਾਰਦੀ ਹਾਂ, ਵਿਆਹ ਸ਼ਾਦੀ ਕਾ ਕਰਦੀ ਹਾਂ, ਪੋਚਾ ਪਾਰੀ ਕਰਦੀ ਹਾਂ, ਕੁਛ ਹੀ ਕੋਈ ਨਹੀਂ ਹੋਈ। ਮੈਂ ਤਾਂ 10 ਵਜੇ ਤਾਲਾ ਮਾਰ ਕੇ ਗਈ, ਤੋ ਮੈਂ ਅੱਠ ਪਰਦਾ ਲਗਾ ਕੇ ਉਹ ਲੱਟੂ ਚਲਤਾ ਥੋੜ ਗਈ ਮੈਂ, ਕਿ ਕੋਈ ਦੇਖਿਆ ਤਾਂ ਬਈ ਮੈਂ ਸੁੱਤਿਆ ਕੋਈ, ਤੋ ਮੈਂ ਤਾਲਾ ਲਗਾ ਕੇ ਉੱਡ ਗਈ। ਮਨ ਤਾਂ ਕੋਈ ਪਤਾ ਕੋਈ ਨਹੀਂ, ਮੈਂ ਤਾਂ ਅੱਬੇ ਆਈ 10 ਵਜੇ, ਉਹ ਇਹ ਦੇਖਿਆ ਪਾਇਆ ਤਾਲਾ ਸਾਰਾ ਹੀ ਟੁੱਟਿਆ ਪੜਿਆ, ਕਮਰੇ ਦਾ ਕੌਣ ਟੁੱਟਿਆ, ਬਾਕੀ ਦਾ ਸਾਰਾ ਹੀ ਟੁੱਟ, ਸਮਾਨ ਤਾਂ ਘਣਾ ਹੀ ਲੈ ਗਿਆ। ਅਜੂੰ ਦੇਖੂੰਗੀ ਜਦੋਂ ਹੋਏਗੀ, 18-20 ਤੋਂ ਲੋਈ ਗੇ ਮਾਈ, ਤੋ ਕੋਈ ਸਾੜੀਆਂ ਹੀ, ਕੋਈ ਸੂਟ ਆ, ਬਾਕੀ ਦਾ 50 ਮਿਰਚਨ ਥਾਲੀ, 5-7 ਪਰਾਤੀ, 5 ਡੇਢਾ ਟੋਪ ਆ, ਨਗਦੀ 1500 ਰੁਪਇਆ, ਸੋਨੇ ਕੀ ਕੋਨੀ, ਇੱਕ ਚਾਂਦੀ ਦਾ ਬੋਰਲਾ ਸਾ, ਕੀ ਪਤਾ ਮੈਨੂੰ ਕੀਤਾ ਕੋਈ ਹੈ, ਮੈਂ ਤਾਂ ਵੱਡੀ ਲਿਖੀ ਤੋਂ ਹੂੰ ਕੋਨੀ, ਇੰਨਾ ਸਾਂਭੂੰਗੀ ਤੋਂ ਪਤਾ ਲੱਗ ਜਾਏਗਾ ਬਈ ਕਿ ਲੈ ਗਿਆ ਯਾਰ ਕੀ ਨਾਲ। ਨਸ਼ਾ ਵੱਧ ਗਿਆ, ਕੰਮ ਕਰਨਾ ਨਹੀਂ ਪੈਂਦਾ, ਬਸ ਫਿਰ ਘਰਾਂ 'ਚ ਚੋਰੀਆਂ ਹੀ ਹੋਣੀਆਂ। ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਚੋਰੀਆਂ 'ਤੇ ਪਾਬੰਦੀ ਲਾਈ ਜਾਵੇ। ਇੱਕ ਕੋਈ ਬੀਲ ਹੈ ਜੀ ਭੁੱਲ ਸਕੇ, ਸਾਨੂੰ ਤਾਂ ਸਵੇਰੇ ਪਤਾ ਲੱਗਿਆ ਜੀ, ਸਾਨੂੰ ਤਾਂ ਕਹਿੰਦੇ ਜੀ 1500 ਰੁਪਈਆ ਕੈਸ਼ ਸੀ, 2 ਕੁੱਕਰ ਸੀ, ਕੋਈ ਚਾਂਦੀ ਦਾ ਮੁੱਖ ਸੀ, ਇਹ ਸਮਾਨ ਸੀ ਉਹਨਾਂ ਦਾ। ਪੁਲਿਸ ਆਪਦੀ ਕਾਰਵਾਈ ਕਰ ਰਹੀ ਹੈ ਜੀ, ਜੋ ਬੰਦੀ ਕਾਰਵਾਈ ਹੈ, ਕੈਮਰੇ ਚੈੱਕ ਕਰ ਰਹੀ ਹੈ, ਆਂਢ ਗੁਆਂਢ ਤੋਂ ਪੁੱਛ ਰਹੀ ਹੈ, ਜੇ ਕੋਈ ਸੁਰਾਗ ਮਿਲ ਜਾਵੇ ਤਾਂ। ਦੇਖੋ ਜੀ, ਇੱਥੇ ਰਾਤ ਮਾਤਾ ਜੀ ਘਰੋਂ ਚਲ ਗਏ, ਕਿਤੇ ਰਿਸ਼ਤੇਦਾਰੀ 'ਚ ਆਪਣੇ ਘਰ ਨੂੰ ਤਾਲਾ ਲੱਗਾ ਹੋਇਆ ਸੀਗਾ, ਅਤੇ ਕੋਈ ਚੋਰ ਆਇਆ ਹੈਗਾ ਰਾਤ ਤੋਂ ਟਾਈਮ, ਕੋਈ ਕਲੀਅਰ ਨਹੀਂ ਕਿੰਨੇ ਵਜੇ ਆਇਆ ਹੈਗਾ, ਅਤੇ ਉਹ ਘਰੋਂ ਸਮਾਨ ਲੈ ਗਿਆ ਹੈਗਾ, 2 ਕੁੱਕਰ ਆ, ਕੋਈ 5 ਪਰਾਂਤਾਂ ਸਟੀਲ ਦੀਆਂ ਸ਼ਾਇਦ, ਅਤੇ ਕੁਛ ਮਾਤਾ ਕਹਿ ਰਹੀ 1500 ਰੁਪਈਆ ਉਹਦਾ ਪੈਨਸ਼ਨ ਦਾ ਸੀਗਾ, ਲੈ ਕੇ ਆਈ ਸੀਗੀ, ਚੋਰੀ ਕਰਕੇ ਲੈ ਗਿਆ ਹੈਗਾ। ਭਾਲ ਜਾ ਰਹੀ ਹੈ ਜੀ, ਚੋਰਾਂ ਦੀ CCTV ਫੁਟੇਜ ਦੇਖ ਰਹੇ ਹਾਂ, ਕਿਸੇ ਕੈਮਰਿਆਂ ਦੇ ਵਿੱਚ 1-2 ਥਾਈਂ ਚੈੱਕ ਵੀ ਕੀਤੇ ਹੈਗੇ ਆ, ਹੋਰ ਵੀ ਚੈੱਕ ਕਰਦੇ ਹਾਂ ਕੋਈ ਲਾਉਣੇ ਸੋਰਸ, ਜਦੋਂ ਚੋਰਾਂ ਦੀ ਤਲਾਸ਼ ਕੀਤੀ। ਰਿਵਾੜ ਦੀ 8ਵੀਂ ਘਟਨਾ ਹੈ ਜੀ। 8 ਘਟਨਾ ਦੇ ਵਿੱਚੋਂ ਪਿਛਲੇ 6-7 ਮਹੀਨਾ ਚੋਰੀਆਂ ਹੋ ਰਹੀਆਂ ਰੈਗੂਲਰ, ਅਤੇ ਅਜੇ ਤੱਕ ਕਿਸੇ ਚੋਰੀ ਦਾ ਕੋਈ ਸੁਰਾਗ ਨਹੀਂ ਮਿਲਿਆ ਪ੍ਰਸ਼ਾਸਨ ਦਾ। ਅਤੇ ਮੈਂ ਤਾਂ ਇਹ ਕਹਿੰਦਾ ਕਿ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਠੀਕ ਨਹੀਂ ਲੱਗ ਰਹੀ ਜੀ, ਅਤੇ ਪੁਲਿਸ ਇਸ ਵਾਰ ਨਾ ਕੋਈ ਧਿਆਨ ਦੇ ਰਹੀ ਹੈ। ਅਸੀਂ ਪਹਿਲਾਂ ਵੀ ਕੰਪਲੇਂਟ ਦਿੱਤੀ ਹੈ, ਸਾਡੇ ਏਰੀਏ ਦੇ ਵਿੱਚ ਕੀ ਹੈ ਕਿ ਚੋਰੀਆਂ ਦਾ, ਨਸ਼ੇ ਦਾ, ਲੜਾਈ ਝਗੜੇ ਦਾ ਆਮ ਵਾਰਦਾਤਾਂ ਹੋਈਆਂ ਪਈਆਂ, ਪਰ ਪੁਲਿਸ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ। ਅਤੇ ਅਗਰ ਪੁਲਿਸ ਨਹੀਂ ਧਿਆਨ ਦੇਗੀ, ਅਸੀਂ ਅੱਗੇ SSP ਸਾਹਿਬ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਇਹਦੇ ਜੋ ਵੀ ਜੀ ਦਾ ਨੁਕਸਾਨ ਹੁੰਦਾ ਉਹਨੂੰ ਪਤਾ ਜੀ, ਅਗਰ ਮਹਿੰਗਾਈ ਦਾ ਟਾਈਮ ਹੈ, ਉਹਨੇ ਗਰੀਬ ਪਰਿਵਾਰ ਹੈ ਜੀ, ਵਿਡੋ ਲੇਡੀਜ਼ ਹੈ। ਇਸ ਤੋਂ ਪਹਿਲਾਂ ਸਾਡੇ ਬਲਜਿੰਦਰ ਸਿੰਘ ਫਾਈਨੈਂਸਰ ਉਹਦੇ ਘਰੇ ਚੋਰੀ ਹੋਈ ਸੀ, ਉਸ ਤੋਂ ਬਾਅਦ ਇੱਕ ਚੋਰੀ ਹੋਰ ਹੋ ਗਈ, ਉਸ ਤੋਂ ਬਾਅਦ ਤੀਜੀ ਚੋਰੀ ਹੋ ਗਈ, 2 ਮਹੀਨਿਆਂ ਦੇ ਵਿੱਚ 7-8 ਚੋਰੀਆਂ ਹੋ ਚੁੱਕੀਆਂ ਜੀ। ਅਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ, ਪਲੀਜ਼ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅਤੇ ਚੋਰਾਂ ਖਿਲਾਫ਼ ਸਖ਼ਤ ਕਾਰਵਾਈ। ਉਹ ਮੇਰੇ ਵਹਿਣਗੇ ਘਰੇ, ਮੈਂ ਲੋਕਾਂ ਦੇ ਘਰੇ ਵਾਂਡਾ ਮਾਰਦੀ ਹਾਂ, ਵਿਆਹ ਸ਼ਾਦੀ ਕਾ ਕਰਦੀ ਹਾਂ, ਪੋਚਾ ਪਾਰੀ ਕਰਦੀ ਹਾਂ, ਕੁਛ ਹੀ ਕੋਈ ਨਹੀਂ ਹੋਈ। ਮੈਂ ਤਾਂ 10 ਵਜੇ ਤਾਲਾ ਮਾਰ ਕੇ ਗਈ, ਤੋ ਮੈਂ ਅੱਠ ਪਰਦਾ ਲਗਾ ਕੇ ਉਹ ਲੱਟੂ ਚਲਤਾ ਥੋੜ ਗਈ ਮੈਂ, ਕਿ ਕੋਈ ਦੇਖਿਆ ਤਾਂ ਬਈ ਮੈਂ ਸੁੱਤਿਆ ਕੋਈ, ਤੋ ਮੈਂ ਤਾਲਾ ਲਗਾ ਕੇ ਉੱਡ ਗਈ।
ਮਨ ਤਾਂ ਕੋਈ ਪਤਾ ਕੋਈ ਨੀ, ਮੈਂ ਤਾਂ ਅੱਬੇ ਆਈ 10 ਵਜੇ ਉਹ ਇਹ ਦੇਖਿਆ ਪਾਇਆ ਆਲਾ ਸਾਰਾ ਹੀ ਟੁੱਟਿਆ ਪੜਿਆ, ਕਮਰੇ ਦਾ ਕੌਣ ਟੁੱਟਿਆ ਬਾਕੀ ਦਾ ਸਾਰਾ ਹੀ ਟੁੱਟਿਆ, ਸਮਾਨ ਤਾਂ ਘਣਾ ਹੀ ਲੈ ਗਿਆ, ਅਜੂ ਦੇਖੂੰਗੀ ਜਦੋਂ ਹੋਏਗੀ 18-20 ਤੋਂ ਲੋਈ ਹੈਗੀ ਮਾਈ, ਤੇ ਕੋਈ ਸਾੜੀਆਂ ਹੀ ਕੋਈ ਸੂਟ ਆ, ਬਾਕੀ ਦਾ 50 ਮਿਰਚਨ ਥਾਲੀ 5-7 ਪਰਾਤੀ 5 ਡੇਡਾ ਟੋਪ ਆ, ਨਗਦੀ 1500 ਰੁਪਿਆ, ਸੋਨੇ ਕੀ ਕੋਨੀ ਇੱਕ ਚਾਂਦੀ ਦਾ ਬੋਰਲਾ ਸਾ, ਕੀ ਪਤਾ ਮੈਨੂੰ ਕੀਤਾ ਕੋਈ ਹੈ, ਮੈਂ ਤਾਂ ਪੱਡੀ ਲਿਖੀ ਤੋਂ ਹੂੰ ਕੋਨੀ, ਇਹਨੇ ਸਾਂਭੂਗੀ ਤੋਂ ਪਤਾ ਲੱਗ ਜਾਏਗਾ ਵੀ ਕਿ ਕੁੱਕਰ ਸੀ, ਕੋਈ ਚਾਂਦੀ ਦਾ ਮੁੱਖ ਸੀ, ਇਹ ਸਮਾਨ ਸੀ ਉਹਨਾਂ ਦਾ, ਪੁਲਿਸ ਆਪਦੀ ਕਾਰਵਾਈ ਕਰ ਰਹੀ ਹੈ ਜੀ, ਜੋ ਬੰਦੀ ਕਾਰਵਾਈ ਹੈ, ਕੈਮਰੇ ਚੈੱਕ ਕਰ ਰਹੀ ਹੈ, ਆਂਢ ਗੁਆਂਢ ਤੋਂ ਪੁੱਛ ਰਹੀ ਹੈ, ਜੇ ਕੋਈ ਸੁਰਾਗ ਮਿਲ ਜਾਵੇ ਤਾਂ। ਦੇਖੋ ਜੀ, ਇੱਥੇ ਰਾਤ ਮਾਤਾ ਜੀ ਘਰੋਂ ਚਲੇ ਗਏ, ਕਿਤੇ ਰਿਸ਼ਤੇਦਾਰੀ 'ਚ ਆਪਣੇ ਘਰ ਨੂੰ ਤਾਲਾ ਲੱਗਾ ਹੋਇਆ ਸੀਗਾ, ਅਤੇ ਕੋਈ ਚੋਰ ਆਇਆ ਹੈਗਾ ਰਾਤ ਤੋਂ, ਟਾਈਮ ਕੋਈ ਕਲੀਅਰ ਨਹੀਂ ਕਿੰਨੇ ਵਜੇ ਆਇਆ ਹੈਗਾ, ਅਤੇ ਉਹ ਘਰੋਂ ਸਮਾਨ ਲੈ ਗਿਆ ਹੈਗਾ, 2 ਕੁੱਕਰ ਆ, ਕੋਈ 5 ਕੁ ਪਰਾਂਤਾਂ ਸਟੀਲ ਦੀਆਂ ਸ਼ਾਇਦ, ਅਤੇ ਕੁਛ ਮਾਤਾ ਕਹਿ ਰਹੀ 1500 ਰੁਪਈਆ ਉਹਦਾ ਪੈਨਸ਼ਨ ਦਾ ਸੀਗਾ, ਲੈ ਕੇ ਆਈ ਸੀਗੀ, ਚੋਰੀ ਕਰਕੇ ਲੈ ਗਿਆ ਹੈਗਾ। ਭਾਲ ਜਾ ਰਹੀ ਹੈ ਜੀ, ਚੋਰਾਂ ਦੀ CCTV ਫੁਟੇਜ ਦੇਖ ਰਹੇ ਹਾਂ, ਕਿਤੇ ਕੈਮਰਿਆਂ ਦੇ ਵਿੱਚ 1-2 ਥਾਈਂ ਚੈੱਕ ਵੀ ਕੀਤੇ ਹੈਗੇ ਆ, ਹੋਰ ਵੀ ਚੈੱਕ ਕਰਦੇ ਹਾਂ, ਕੋਈ ਲਾਉਣੇ ਸੋਰਸ ਜਿਹਦੇ ਤੋਂ ਚੋਰਾਂ ਦੀ ਤਲਾਸ਼ ਕੀਤੀ।